ਬ੍ਰੌਡਕਾਸਟ ਬਿਲਸ ਨੂੰ ਕਹਿੰਦੇ ਇੱਕ ਵਾਰੀ ਇਹਨਾਂ ਨੇ ਫਿਰ ਲਮਕਾਤਾ ਹੈ, ਜੀ ਕੀ ਚੱਕਰ ਪੈ ਗਿਆ ਇਹਨਾਂ ਦਾ ਹੁਣ? ਪਹਿਲਾਂ ਤਾਂ ਬੜੇ ਕਾਲੇ ਜਿਹੇ ਹੋਏ ਪਏ ਸੀ ਵੀ ਛੇਤੀ ਛੇਤੀ ਲੈ ਕੇ ਆਈਏ। ਦੇਖੋ ਗੱਲ ਇਹ ਆ ਕਿ ਹੁਣ ਇਸ ਮਾਮਲੇ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਇਹ ਇੱਕ ਇਸ ਤਰ੍ਹਾਂ ਦਾ ਬਿੱਲ ਸੀ, ਇਹ ਤੁਹਾਡੇ ਅਤੇ ਮੇਰੇ ਨਾਲ ਜੁੜਿਆ ਤੁਸੀਂ ਸੀਗਾ ਦੱਸਿਆ ਸੀ ਉਦੋਂ ਵੀ। ਵੀ ਕਿਸੇ ਵੇਲੇ ਵੀ ਅਸੀਂ ਕਹਿ ਸਕਦੇ ਹਾਂ ਕਿ ਵੀਰੇ ਤੁਹਾਨੂੰ ਹੁਣ ਸਤਿ ਸ਼੍ਰੀ ਅਕਾਲ, ਅਸੀਂ ਚੱਲੇ ਜੇ, ਅਤੇ ਹੋ ਸਕਦਾ ਕਿ ਤੁਸੀਂ ਕਿਸੇ ਮੋੜ 'ਤੇ ਮੈਨੂੰ, ਮੌਕਾ ਵੀ ਨਾ ਮਿਲੇ ਕਈ ਵਾਰੀ ਹੈ ਕਿਸੇ ਮੋੜ 'ਤੇ ਮੈਨੂੰ ਤੁਸੀਂ ਬੈਗ ਲਟਕਾਈ ਆਪਦੇ ਸਕੂਲ ਨੂੰ ਜਾਂਦੇ ਮਿਲੋ, ਜੀ ਅਤੇ ਮੈਂ ਉੱਥੇ ਹੋ ਸਕਦਾ ਕਿਤੇ ਬਈ ਕੋਈ ਰੇਹੜੀ ਲਾ ਕੇ ਖਲੋਤਾ ਹਾਂ, ਨਜ਼ਰ ਆਵੇ ਵੀ ਮਿੰਟੂ ਗੁਰੂ ਸਰੀਆ ਹੁੰਦਾ ਸੀਗਾ ਨਾ ਕਿਤੇ, ਯੂਟਿਊਬਰ ਅਤੇ ਫਲਾਣਾ ਅਤੇ ਫਲਾਣਾ, ਆਹ ਜੀ ਵੇਖ ਲਓ ਜੀ ਵਿਚਾਰਾ ਹੁਣ ਇੱਦਾਂ ਖਲੋਤਾ, ਇਹਨਾਂ ਨੇ ਐਸਾ ਕੰਮ ਕਰਤਾ ਸੀ। ਠੀਕ ਹੈ ਸਰ, ਇਹ ਅਖਾੜਾ ਇਹਨਾਂ ਨੇ ਪਿਛਲੇ ਸਾਲ ਬਣਾ ਲਿਆ, ਫਿਰ ਉਸ ਤੋਂ ਬਾਅਦ ਇਹੀ ਕਿ ਅੱਗੇ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਜੀ ਸੰਖੇਪ 'ਚ, ਇਹ ਭਾਵੇਂ ਤੁਸੀਂ ਇੰਸਟਾ 'ਤੇ ਕੰਟੈਂਟ ਕ੍ਰੀਏਟਰ ਹੋ, ਪੋਡਕਾਸਟ ਕਰਦੇ ਹੋ, ਰੈਗੂਲਰ ਪੋਸਟ ਲਿਖਦੇ ਹੋ, ਜੀ ਤਾਂ ਇਹਨਾਂ ਨੇ ਜਿਵੇਂ ਹੁਣ ਤੁਸੀਂ ਦੇਖੋ ਨਾ ਕਿ 90 ਦੇ ਦਹਾਕੇ 'ਚ ਬਈ ਉਹ ਸਾਰਾ ਕੁਝ ਜਿਹੜਾ ਹੈ ਨਾ ਲਾਗੂ ਹੁੰਦਾ ਜਦੋਂ ਪ੍ਰਾਈਵੇਟ ਚੈਨਲ ਆਉਣੇ ਸਟਾਰਟ ਹੋ ਗਏ, ਖਾਸ ਤੌਰ 'ਤੇ ਨਿਊਜ਼ ਚੈਨਲ, ਨਹੀਂ ਤਾਂ ਪਹਿਲਾਂ ਦੂਰਦਰਸ਼ਨ ਸੀਗਾ ਨਾ ਸਰਕਾਰੀ, 7 ਵਾਲੀਆਂ ਖਬਰਾਂ, 7-10 ਵਾਲੀਆਂ ਖਬਰਾਂ, 8 ਵਾਲੇ ਸਮਾਚਾਰ, 8:30 ਵਾਲੇ, ਇੱਦਾਂ ਟਾਈਮ ਬਦਲਦੇ ਰਹਿੰਦੇ ਹੁੰਦੇ ਸੀ, ਉਹੀ ਆਉਂਦੇ ਹੁੰਦੇ ਸੀ, ਜੀ ਜੀ ਰਮਨ ਕੁਮਾਰ, ਤੀਰਥ ਸਿੰਘ ਢਿੱਲੋਂ, ਤੋਂ ਮੈਨੂੰ ਤਾਂ ਐਂਕਰਾਂ ਦੇ ਨਾਂ ਵੀ ਯਾਦ ਨੇ ਉਸ ਵੇਲੇ ਦੇ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹਨਾਂ ਨੇ ਫਿਰ ਰੈਗੂਲੇਟ ਕਰ ਦਿੱਤਾ ਜੀ। ਹੁਣ ਮੇਨ ਸਟ੍ਰੀਮ 'ਚ ਚਲੋ ਜਿਹੜੇ ਸੈਟੇਲਾਈਟ ਚੈਨਲ ਨੇ ਉਹ ਆ ਗਏ, ਉਹ ਰੈਗੂਲੇਟ ਕਰਤੇ, ਅਤੇ ਹੁਣ ਅੱਗੋਂ ਆ ਗਿਆ ਇੱਕ ਹੋਰ ਮੀਡੀਆ ਜਿਹੜਾ ਕਿ ਇਹਨਾਂ ਦੀ ਬੂਥੀ ਭੰਨਦਾ, ਉਹਦੇ 'ਚ ਹੁਣ ਰਵੀਸ਼ ਵੀ ਸ਼ਾਮਿਲ ਆ, ਉਹਦੇ 'ਚ ਰਾਠੀ ਵੀ ਸ਼ਾਮਿਲ ਆ। ਬਿਲਕੁਲ, ਆਪਾਂ ਤਾਂ ਕੁਝ ਵੀ ਨਹੀਂ, ਆਪਾਂ ਤਾਂ ਐਵੇਂ ਲਾਂਗੜ ਭੁੰਗੜ ਹੀ ਹਾਂ, ਸਿੱਧੀ ਗੱਲ ਮੈਂ ਤੁਹਾਨੂੰ ਦੱਸਾਂ, ਐਵੇਂ ਕਿਤੇ ਆਪਣੇ ਆਪ ਨੂੰ ਬੜੇ ਵੱਡੇ ਤੋਪਚੀ ਨਾ ਸਮਝੀ ਜਾਏ, ਬਿਲਕੁਲ ਤੋਪਾਂ, ਅਸੀਂ ਕੁਛ ਨਹੀਂ, ਅਸੀਂ ਕੱਖ ਵੀ ਨਹੀਂ ਹਾਂ, ਪਰ ਸਮੁੰਦਰ ਨਿਗਾਹ ਸਾਰਿਆਂ ਤੇ ਰੱਖਦੇ ਆ, ਉੱਤੋਂ ਲੈ ਕੇ ਥੱਲੋਂ ਤੱਕ ਸਭ ਤੇ ਨਿਗਾਹ। ਇਹਨਾਂ ਨੇ ਆਖਿਆ, ਤੁਹਾਨੂੰ ਕੀ ਪਤਾ ਇਹਨਾਂ ਨੇ ਨਹੀਂ ਆ ਜਾਣਾ, ਹਾਂਜੀ ਇਹਨਾਂ ਨੇ ਆਖਿਆ ਕਿ ਇੱਕੋ ਵੱਕੇ 'ਚ ਸਾਰਿਆਂ ਦਾ ਹੀ ਕੰਮ ਚਿੱਤ ਕਰ ਦਿਓ, ਇਹਨਾਂ ਨੂੰ ਸਾਰਿਆਂ ਨੂੰ ਉਸੇ ਤਰ੍ਹਾਂ ਹੀ ਲਿਆਓ, ਰੈਗੂਲੇਟ ਕਰ ਦਿਓ। ਬਿਲਕੁਲ, ਤਾਂ ਇਹਨੂੰ ਸੰਖੇਪ 'ਚ ਸਮਝਣਾ ਹੋਵੇ ਕਿ ਤੁਸੀਂ ਇੰਸਟਾ 'ਤੇ ਲਗਾਤਾਰ ਮੰਨ ਲਓ ਕੋਈ ਕੰਟੈਂਟ ਕ੍ਰੀਏਟ ਕਰਦੇ ਹੋ, ਫੇਸਬੁੱਕ 'ਤੇ ਪੋਸਟਾਂ ਲਿਖਦੇ ਹੋ ਜੀ ਡੇਲੀ, ਜਿਵੇਂ ਆਪਾਂ ਅਨੈਲਿਸਿਸ ਕਰਦੇ ਹਾਂ, ਇਹ ਸਾਨੂੰ ਰੈਗੂਲੇਟ ਕਰ ਦੇਣਗੇ। ਜਦ ਰੈਗੂਲੇਟ ਕਰ ਦੇਣਗੇ ਤਦ ਤੁਹਾਨੂੰ ਫਾਰਮੈਲਿਟੀਆਂ 'ਚੋਂ ਗੁਜ਼ਰਨਾ ਪਊਗਾ, ਬਿਲਕੁਲ, ਫਿਰ ਤੁਸੀਂ ਜਵਾਬਦੇਹ ਬਣ ਜਾਓਗੇ ਜੀ, ਮੁਲਾਂਕਣ ਕਮੇਟੀਆਂ 'ਚ ਆਪਣੇ ਇਹਨਾਂ ਦੇ ਬੰਦੇ ਹੋਣਗੇ, ਉੱਥੇ ਤੁਹਾਡੀ ਸ਼ਿਕਾਇਤ ਇਹਨਾਂ ਦੀ ਭਗਤ ਕਰ ਦੇਣਗੇ, ਟ੍ਰੋਲਰ ਕਰ ਦੇਣਗੇ ਕਿ ਲਓ ਜੀ ਮੋਦੀ ਸਾਹਿਬ ਦੇ ਖਿਲਾਫ ਨਹੀਂ ਬੋਲਿਆ। ਤਾਂ ਇਹ ਤਾਂ ਤੁਸੀਂ ਦੇਖੋ ਕਿ ਸੇਬੀ ਦੀ ਚੇਅਰਪਰਸਨ ਆ, ਉਹਨੂੰ ਕਹੀ ਜਾਂਦੇ ਦੇਸ਼ ਵਿਰੋਧੀ ਬੋਲਦੇ ਆ, ਮਾਧਵੀ ਪੁੱਛ ਹੋਰਾਂ ਨੂੰ, ਮਾਧਵੀ ਵਿੱਚ, ਮਾਧਵੀ ਦੇਸ਼ ਹੈ, ਭਾਰਤ 'ਚ ਮਾਧਵੀ ਦੇਸ਼ ਕਦੋਂ ਬਣ ਗਿਆ ਬਈ, ਉਹਦੇ ਖਿਲਾਫ ਦੋਸ਼ ਹੈ, ਉਹ ਉਹਦੀ ਜਾਂਚ ਹੋਣੀ ਚਾਹੀਦੀ ਹੈ। ਮਤਲਬ ਕਿ ਇਸ ਤਰ੍ਹਾਂ ਹੀ ਕਰਦੇ ਆ, ਜਿੱਥੇ ਇਹ ਸਿਸਟਮ ਹੋਵੇ ਕਿ ਤੁਸੀਂ ਆਲੋਚਨਾ ਨੂੰ ਦੇਸ਼ ਦੇ ਵਿਰੋਧ ਨਾਲ ਜੋੜ ਦਿਓ, ਤਾਂ ਉੱਥੇ ਮੁਲਾਂਕਣ ਕਮੇਟੀਆਂ 'ਚ ਬੈਠੇ ਜਿਹੜੇ ਇਹਨਾਂ ਦੇ ਪਿਆਦੇ ਹੋਣਗੇ, ਤੁਰੇ ਚੱਲੋ 1-2 ਸਾਲ ਤੁਹਾਡਾ ਚੈਨਲ ਜਦ ਤੱਕ ਬੰਦ ਆ, ਸਸਪੈਂਡਡ ਆਈ ਵਰਲਡ ਕਹਿੰਦੇ ਜੀ, ਉਹ ਕਲਿੱਕ ਕਰਦੇ ਆ 3:30 ਵਜੇ, ਉੱਥੇ ਦਰਵਾਜ਼ਾ ਬੰਦ ਮਿਲਦਾ। ਤਾਂ ਹੁਣ ਹੋਇਆ ਕੀ ਆ ਕਿ ਬਈ ਇਹ ਮਾਮਲਾ ਜਿਹੜਾ ਹੈ ਨਾ ਉਹ ਥੋੜ੍ਹਾ ਵਿਗੜ ਗਿਆ, ਕਿਉਂਕਿ ਵਕਫ ਬੋਰਡ 'ਤੇ ਜਿਹੜਾ ਇਹਨਾਂ ਨੇ ਬਿੱਲ ਲਿਆਂਦਾ ਸੀ ਉਹਦੇ 'ਚ ਬਾਲਾ ਯੋਗੀ ਨੇ ਇਤਰਾਜ਼ ਜਤਾਇਆ, ਜਿਹੜਾ ਉਹ ਹੈਗਾ ਸੀ TDP ਵਾਲਾ ਜੀ ਜੀ, ਇਹਨਾਂ ਨੇ ਉਹਦੀ ਸੁਣੀ ਨਹੀਂ, ਉੱਤੋਂ ਪਰਚੀ ਆ ਗਈ, ਪਰਚੀ 'ਤੇ ਲਿਖਿਆ ਹੋਏਗਾ ਜੀ ਕਿ ਜਿਵੇਂ ਉਹ ਸ਼ੇਰ ਸਿੰਘ ਘਬਾਏ ਦਾ ਮੁੰਡਾ ਹੁੰਦਾ ਸੀ ਵੀ ਜੁੱਲੀ ਬਿਸਤਰਾ ਤਿਆਰ ਰੱਖ,
ਨਾਲ ਦੀ ਨਾਲ ਇਹਨਾਂ ਨੇ ਕਹਿ ਦਿੱਤਾ ਜੀ ਅਸੀਂ ਤਾਂ JPC ਨੂੰ ਭੇਜਾਂਗੇ ਜੀ ਜੀ, ਪਾਰਲੀਮੈਂਟਰੀ ਕਮੇਟੀ ਨੂੰ ਭੇਜਾਂਗੇ। ਉਸੇ ਤਰ੍ਹਾਂ ਹੀ ਹੁਣ ਇਹਨਾਂ ਨੇ ਇਹ ਜਿਹੜਾ ਪ੍ਰਸਾਰਣ ਰੈਗੂਲੇਟਰੀ ਬਿੱਲ ਸੀਗਾ ਜਿਹੜਾ, ਇਹਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਠੰਡੇ ਬਸਤੇ 'ਚ ਸੁੱਟ ਦਿੱਤਾ ਜੀ। ਇਹ ਇਹ ਅਸਲ ਦੇ ਵਿੱਚ, ਚਲੋ ਥੋੜ੍ਹਾ ਟਾਈਮ ਮੈਂ ਹੋਰ ਲੈ ਲੈਂਦਾ ਥੋੜ੍ਹਾ ਜਿਹਾ ਜੀ ਜੀ, ਅਸਲ ਦੇ ਵਿੱਚ ਇਹ ਡਰ ਇਸ ਗੱਲੋਂ ਰਹੇ ਆ ਕਿ ਜਿੱਦਣ ਲੋਕ ਸਭਾ 'ਚ ਕੋਈ ਬਿੱਲ ਡਿੱਗ ਪਿਆ, ਇਟ ਮੀਨ ਕਿ ਸਰਕਾਰ ਨੇ ਬਹੁਮਤ ਗਵਾ ਦਿੱਤਾ। ਹੁਣ ਜਿੱਥੇ ਵੀ ਇਹਨਾਂ ਨੂੰ ਮਤਲਬ ਕਿ ਜਿੱਥੇ ਵੀ ਲੱਗਦਾ ਨਾ ਕਿ ਝਟਕਾ ਨਾ ਲੱਗ ਜਾਵੇ, ਉੱਥੇ ਮਟਰ ਪਨੀਰ ਛੱਡ ਕੇ ਪਤਲੀ ਗਲੀ ਥਾਣੀ ਪੌਲੇ ਹੱਥਾਂ 'ਚ ਕਰਕੇ ਨੱਸ ਜਾਂਦੇ ਆ। ਤਾਂ ਇਹ ਨੱਸੇ ਆ, ਮਤਲਬ ਕਿ ਨਜ਼ਾਰੇ ਲੈ ਸਕਦੇ ਹੋ ਤੁਸੀਂ, ਹਾਲੇ ਉਹ ਛੇਤੀ ਕੀਤੇ ਹੋ, ਬਸ ਹੁਣ ਨਹੀਂ ਆਉਂਦਾ ਉਹ ਜੀ, ਹੁਣ ਨਹੀਂ ਮੁੜਦੇ ਯਾਰ ਚੰਡੀਗੜ੍ਹ ਵਾਲੀਏ, ਬਸ ਗਿਆ ਕੰਮ ਆ ਗਈ ਗੱਲ। ਇੱਕ ਵਾਰੀ ਪ੍ਰੇਮ ਜੀ ਨੇ ਕੰਟਰੀਬਿਊਸ਼ਨ ਵੀ ਕੀਤਾ, ਸ਼ੁਕਰੀਆ ਜੀ। ਅਤੇ ਉਹ ਇਹ ਵੀ ਕਹਿ ਰਹੇ ਨੇ ਕਿ ਸਮਾਜ ਸੇਵੀ ਬਹੁਤ ਨੇ ਲੁਧਿਆਣੇ ਦੇ ਜਗਰਾਓਂ ਦੇ ਵਿੱਚ ਕਹਿੰਦੇ ਪੰਜ ਆਸ਼ਰਮ ਇੱਧਰ ਖੁੱਲ੍ਹ ਗਏ ਨੇ। ਅੱਛਾ, ਚਲੋ ਹੁਣ ਮੈਂ ਇਹਦੇ 'ਤੇ ਤਾਂ ਕੀ ਟਿੱਪਣੀ ਕਰਾਂ ਜੀ। ਦੇਖੋ ਸਮਾਜ ਸੇਵਾ ਅੱਛੇ ਲੋਕ ਵੀ ਕਰਦੇ, ਤੁਹਾਡੇ ਲੁਧਿਆਣੇ 'ਚ ਹੀ ਇੱਕ ਮੇਰੇ ਨਾਂ ਵਾਲਾ ਵਿਅਕਤੀ ਰਹਿੰਦਾ ਹੈ, ਔਰ ਉਹਨੂੰ ਦੇਖੀਏ ਤਾਂ ਸਮਾਜ ਸੇਵਾ ਦੇ ਅਲੱਗ ਹੀ ਅਰਥ ਨਿਕਲਦੇ ਆ। ਬਿਲਕੁਲ ਜੀ, ਜਦੋਂ ਅਸੀਂ ਦੇਖਦੇ, ਹੁਣ ਪਤਾ ਨਹੀਂ ਅਸੀਂ ਕਿਹੜਾ ਕੋਈ ਪਰਸਨਲੀ ਜਾਣਦੇ ਹਾਂ ਸੂਰ, ਅਤੇ ਉਹ ਇੱਥੇ ਠੱਗੀਆਂ ਮਾਰਨ ਵਾਲੇ ਵੀ ਹੈਗੇ ਜੀ ਜੀ। ਤਾਂ ਦੋਨਾਂ ਚੀਜ਼ਾਂ ਨੂੰ ਨਖੇੜ ਕੇ ਦੇਖਣ ਦੀ ਲੋੜ ਆ। ਬਿਲਕੁਲ, ਕਿ ਜੇ ਕੋਈ ਦਿਲੋਂ ਕਰਦਾ ਯਾਰ ਉਹਨੂੰ ਕਰਨ ਦਿਓ ਜੀ, ਜੇ ਕੋਈ ਮਤਲਬ ਕਿ ਸਹੀ ਨੀਅਤ ਨਾਲ ਕਰਦਾ ਤਾਂ ਸਮਾਜ ਸੇਵਾ ਮਾੜੀ ਨਹੀਂ। ਹਾਂ, ਜਿੱਥੇ ਤੁਹਾਨੂੰ ਲੱਗਦਾ ਬਈ ਦੂਰ ਰਹੋ, ਬਸ ਆਹੀ ਮੈਂ ਕਹਿ ਸਕਦਾ ਜੀ ਜੀ ਜੀ, ਕਿਉਂਕਿ ਇਸ ਤਰ੍ਹਾਂ ਦਾ ਕੰਮ ਇਹਦੇ 'ਚ ਆਪਾਂ ਸਾਰਿਆਂ ਨੂੰ ਥੋੜ੍ਹੀ ਕਹਿ ਸਕਦੇ ਹਾਂ। ਅਤੇ ਜੇ ਆਪਾਂ ਇੱਦਾਂ ਦਾ ਕੋਈ ਸ਼ਬਦ ਬੋਲ ਦਈਏ, ਕੋਈ ਬੰਦਾ ਸੱਚੇ ਦਿਲੋਂ ਕਰਦਾ ਅਤੇ ਮੇਰਾ ਸ਼ਬਦ ਉਹਦੇ ਕਾਲਜੇ 'ਚ ਲੱਗੇ, ਤਾਂ ਮੇਰੇ ਵਰਗਾ ਮਾਂ ਬਾਪ ਵੀ ਹੈ ਨਹੀਂ ਜੀ। ਬਿਲਕੁਲ, ਮੈਂ ਤਾਂ ਆਪਣੇ ਆਪ ਨੂੰ ਫਿਰ ਲਾਂਤਾ ਹੀ ਪਾਊਂ, ਕਿਉਂਕਿ ਬਹੁਤ ਸਾਰੇ ਲੋਕ ਮੈਂ ਦੇਖਦਾ ਕਿ ਬਹੁਤ ਜ਼ਿਆਦਾ ਕੰਮ ਕਰਦੇ ਆ, ਕੋਈ ਇਕੱਲਿਆਂ ਕਰਦਾ, ਕੋਈ ਗਰੁੱਪ ਬਣਾ ਕੇ ਕਰਦਾ, ਕੋਈ ਸੰਸਥਾ ਬਣਾ ਕੇ ਕਰਦਾ, ਠੀਕ ਹੈ ਯਾਰ। ਹਾਂ, ਜਿੱਥੇ ਜਦੋਂ ਮਸ਼ਹੂਰੀ ਮਿਲੇ ਜਾਂ ਕਹਿ ਲਓ ਕਿ ਕਿਸੇ ਨੂੰ ਇੱਕ ਚੋਰ ਮੋਰੀ ਮਿਲੇ, ਰਸਤਾ ਮਿਲੇ ਖਾਣ ਪੀਣ ਦਾ, ਉਹ ਬੰਦੇ ਆ ਜਾਂਦੇ, ਉਸ ਤਰ੍ਹਾਂ ਦੇ ਬੰਦੇ ਵੀ। ਬਿਲਕੁਲ ਬਿਲਕੁਲ, ਮੈਂ ਇਸ ਗੱਲ ਨਾਲ ਸਹਿਮਤ ਹਾਂ ਤੁਹਾਡੀ ਨਾਲ ਜੀ। ਮਿੰਟੂ ਜੀ, ਕੁਛ ਕਮੈਂਟ ਹੋਰ ਪੜ ਲਗੇ। ਇੱਕ ਤਾਂ ਮਨੂ ਇੰਜੀਨੀਅਰ ਜੀ ਪੁੱਛ ਰਹੇ ਨੇ ਕਿ ਕਿਸਾਨਾਂ ਬਾਰੇ ਸੁਪਰੀਮ ਕੋਰਟ ਤੋਂ ਕੋਈ ਡਿਸੀਜ਼ਨ ਆਇਆ? ਨਹੀਂ, ਉਹਦਾ ਸਵਾਗਤ ਕੀਤਾ, ਪੰਧੇਰ ਸਾਹਿਬ ਨੇ ਵੀ ਸਵਾਗਤ ਕੀਤਾ ਹੈ ਜੀ, ਕਿ ਬਾਈ ਜੀ ਅਸੀਂ ਸਵਾਗਤ ਕਰਦੇ ਹਾਂ, ਇੱਕ ਰਸਤਾ ਖੁੱਲ੍ਹ ਜਾਏਗਾ ਤਾਂ ਠੀਕ ਹੈ, ਸਾਰਿਆਂ ਨੂੰ ਫਾਇਦਾ। ਉਹਨਾਂ ਨੂੰ ਐਂ ਲੱਗਦਾ ਹੁਣ ਵੀ ਅਸੀਂ ਵੀ ਦਿੱਲੀ ਚਲੇ ਜਾਵਾਂਗੇ, ਰਸਤਾ ਇੱਕ ਪਾਸਿਓਂ ਖੁੱਲ੍ਹ ਗਿਆ। ਅਤੇ ਸੁਪਰੀਮ ਕੋਰਟ ਨੇ ਕਰੜੀ ਟਿੱਪਣੀ ਵੀ ਕੀਤੀ ਹੈ ਨਾ, ਉਹਨਾਂ ਕਿਹਾ ਕਿ ਹਾਈਵੇਜ਼ ਕੋਈ ਪਾਰਕਿੰਗ ਵਾਸਤੇ ਜਗ੍ਹਾ ਨਹੀਂ ਹੈ, ਪਰ ਇਹਨੂੰ ਦੂਜੇ ਪਾਸੇ ਵੀ ਲਾਗੂ ਕਰ ਲਓ, ਕਿ ਕੰਕਰੀਟ ਭਰਨ ਵਾਸਤੇ ਵੀ ਨਹੀਂ ਹੈ ਕਿ ਤੁਸੀਂ ਉੱਥੇ ਮੋਰਚੇ ਬਣਾ ਦਿਓ ਪੱਕੇ, ਕਿੱਲ ਗੱਡ ਦਿਓ ਜੀ। ਦੋਵੇਂ ਚੀਜ਼ਾਂ ਨੇ, ਦੋਨਾਂ 'ਤੇ ਲਾਗੂ ਹੁੰਦੀਆਂ। ਅਤੇ ਚਲੋ ਵਧੀਆ ਗੱਲ ਹੈ, ਰਸਤਾ ਖੁੱਲ੍ਹ ਜਾਵੇ। ਹੁਣ ਇੱਕ ਇਹਨਾਂ ਦੀ ਕਮੇਟੀ ਬਣੇਗੀ, ਕਿਉਂਕਿ ਹਰਿਆਣਾ ਸਰਕਾਰ ਨਹੀਂ ਚਾਹੁੰਦੀ ਕਿ ਇਹਨਾਂ ਦੀ ਮੂਵਮੈਂਟ ਹੋਵੇ, ਇਲੈਕਸ਼ਨ ਚੱਲਦੇ ਪਏ ਨੇ ਜੀ ਜੀ। ਉਹਨਾਂ ਨੇ ਕਿਸਾਨ ਪੱਖੀ ਕੁਝ ਫੈਸਲੇ ਵੀ ਲਏ ਨੇ, ਉਹ ਕੋਈ ਮੰਨਦਾ ਨਹੀਂ ਮੰਨਦਾ, ਵੋਟ ਉਸ ਚੱਕਰ 'ਚ ਪਾਉਂਦਾ ਕਿ ਨਹੀਂ ਪਾਉਂਦਾ ਮੈਨੂੰ ਨਹੀਂ ਪਤਾ, ਪਰ ਗੱਲ ਇਹ ਆ ਕਿ ਇਹ ਚੀਜ਼ 'ਤੇ ਸਾਨੂੰ ਵੇਖਣੀ ਪਊਗੀ ਨਾ ਹੁਣ, ਕਿ ਜੇ ਤਾਲਮੇਲ ਦੇ ਨਾਲ ਖੁੱਲ੍ਹਦਾ ਰਸਤਾ ਜੀ ਤਾਂ ਬਿਹਤਰ ਆ। ਉਹ ਪੰਧੇਰ ਸਾਹਿਬ ਨੇ ਕਹਿ ਦਿੱਤਾ ਕਿ ਅਸੀਂ ਸਵਾਗਤ ਕਰਦੇ ਹਾਂ ਵੀ, ਬਾਕੀ ਵੇਖਾਂਗੇ ਅਸੀਂ ਜੀ ਕੀ ਮਾਹੌਲ ਬਣਦਾ। ਪਰ ਹਰਿਆਣੇ ਦਾ ਚੱਕਰ ਇਹੀ ਸੀਗਾ ਕਿ ਇਹਨਾਂ ਨੂੰ ਇੱਥੋਂ ਨਾ ਉੱਠਣ ਦਈਏ। ਪਰ ਕੱਲ੍ਹ ਇੱਕ ਹੋਰ ਵੀ ਮਸਲਾ ਮਨੂ ਜੀ ਆਇਆ, ਤੁਸੀਂ ਉਹ ਨਹੀਂ ਸੁਣਿਆ ਹੋਣਾ ਜੀ, ਜਾਂ ਸੁਣਿਆ ਤਾਂ ਤੁਸੀਂ
ਬਹੁਤ ਕਹਿ ਲਓ ਕਿ ਨਾ ਇੱਕ ਨੋਟੀ ਜਿਹੇ ਤਰੀਕੇ ਨਾਲ ਪਾਸੇ ਹੋ ਰਹੇ ਹੋ। ਸ਼ੁਭਕਰਨ ਸਿੰਘ ਦੇ ਮਾਮਲੇ 'ਚ ਵੀ ਕੱਲ੍ਹ ਹਰਿਆਣੇ ਨੂੰ ਮਾਤ ਹੋਈ ਆ ਉੱਥੇ ਸੁਪਰੀਮ ਕੋਰਟ 'ਚ। ਜੀ ਜੀ। ਤਾਂ ਉਹਨਾਂ ਨੇ ਆਖਿਆ ਕਿ ਨਹੀਂ, ਜਾਂਚ ਨਹੀਂ ਰੁਕੇਗੀ, ਇਹ ਜਾਂਚ ਹੋਏਗੀ ਹੋਏਗੀ। ਜੀ ਜੀ। ਸ਼ੰਭੂ ਬਾਰਡਰ ਦਾ ਵੀ ਕੋਈ ਪੁੱਛ ਰਿਹਾ ਸੀਗਾ। ਹਾਂਜੀ ਹਾਂਜੀ, ਸ਼ੰਭੂ ਬਾਰਡਰ ਵਾਲਾ ਕਲੀਅਰ ਕਰਤਾ ਆਪਾਂ ਤੌਰ 'ਤੇ ਹੀ ਉਹਨਾਂ ਨੇ ਕਿਹਾ। ਹਾਂਜੀ, ਇੱਕ ਲੇਨ ਖੋਲ੍ਹ ਦਿਓ ਜੀ, ਅਤੇ ਇੱਕ ਪਾਸੇ ਦੀ ਇੱਕ ਲੇਨ ਖੋਲ੍ਹ ਦਿਓ ਤਾਂ ਕਿ ਜਾਣ ਆਉਣ ਤੋਂ ਕੋਈ ਲੋਕਾਂ ਨੂੰ ਖੱਜਲ ਖੁਆਰੀ ਨਾ ਹੋਵੇ। ਪਰ ਦੂਸਰੇ ਪਾਸੇ ਵੱਡੀ ਗੱਲ ਇਹ ਆ ਕਿ ਸ਼ੁਭਕਰਨ ਸਿੰਘ ਦੀ ਮੌਤ ਦੀ ਜਾਂਚ ਕਰਨ ਵਾਲੀ ਕਮੇਟੀ ਨੂੰ ਰੁਕਵਾਉਣ ਵਾਸਤੇ ਹਰਿਆਣਾ ਉੱਥੇ ਗਿਆ ਸੀ। ਸੁਪਰੀਮ ਕੋਰਟ ਲੈ ਕੇ ਨਾ ਵੇ ਸੱਜਣਾ ਨਾ, ਕਿਉਂ ਹੋਰ ਸਤਾਉਣਾ ਤੂੰ। ਜੀ ਜੀ ਜੀ।